अच्छा ਤੁਸੀਂ ਜਦੋਂ ਇੱਥੇ ਸੌ ਚੱਕ ਚ ਆ ਗਏ ਉੱਥੋਂ ਮਾਈਗ੍ਰੇਟ ਹੋ ਕੇ ਹਾਂਜੀ ਤੇ ਤੁਸੀਂ ਫਿਰ ਕਿਹੜੀ ਜਗ੍ਹਾ ਤੇ ਮਤਲਬ ਤੁਹਾਨੂੰ ਜਗ੍ਹਾ ਕਿੱਥੇ ਮਿਲੀ ਤੇ ਕਿਵੇਂ ਕਿਵੇਂ ਤੁਹਾਡਾ ਗੁਜ਼ਰ ਬਸਰ ਹੋਇਆ ਸੌ ਦੇ ਹਾਲਾਤ ਕੀ ਸੀਗੇ ਉਸ ਟਾਈਮ ਸੌ ਦੇ ਚੰਦੇ ਘਰ ਸਨ ਇੱਧਰ ਜਿਹੜੇ ਸਾਡੇ ਕੁਤਬ ਵਾਲੇ ਪਾਸੇ ਇੱਧਰ ਆ ਸਨ ਸ਼ੇਖ ਅੱਛਾ ਜਿਹੜਾ ਕਾਲਾ ਸ਼ੇਖ ਸੀ ਤੇ ਨਿੱਕਾ ਸ਼ੇਖ ਜਿੰਦਾ ਹੋਣਾ ਪੋਤਰਾ ਜਾਂ ਮੈਂਬਰ ਬਣਿਆ ਅੱਛਾ ਉਹ ਸੀ ਤੇ ਜਿਹੜੇ ਪਾਸੇ ਆਪਣਾ ਉਹ ਮਸਜਿਦ ਬਣੀ ਹੈ ਨਾ ਖਾਲੇ ਦੇ ਨਾਲ ਮਗਰਬ ਵਾਲੇ ਪਾਸੇ ਵੀ ਮਸਜਿਦ ਜਿਹੜੀ ਨਾ ਬਾਹਰ ਵਾਲੀ ਜਿਹੜੀ ਹੁਣ ਚੌਕ ਦੇ ਵਿੱਚ ਵੱਜਦੀ ਹੈ ਉਹ ਚੌਕ ਦੇ ਨਾਲ ਬਸ ਕੋਈ ਆਤਾ ਆਬਾਦ ਕੋ ਨਹੀਂ ਸੀ ਉਹ ਮਸਜਿਦ ਬਾਹਰ ਬਾਹਰ ਹੀ ਸੀ ਰੋਸ਼ਨ ਕਾਜੀ ਸੀ ਇਹਨਾਂ ਦਾ ਬਣੋਈ ਸੀ ਪਤਾ ਨੀ ਬਣੋਈ ਸੀ ਸਦੀਕ ਹੋਰਾਂ ਦਾ ਤੇ ਇੱਕ ਜਮਾਲਦੀਨ ਸੀ ਇੱਕ ਬੁੱਢਾ ਸੀ ਅਲੀਆ ਉਹ ਖੂਹ ਵਾਲਾ ਤਾ ਜਿੱਥੇ ਹੁਣ ਆਪਣੇ ਭਾਈ ਅਸ਼ਰਫ ਰਹੇ ਨੇ ਉਹ ਕਿੱਕਰ ਵਾਲਾ ਖੂਹ ਵਾਲਾ ਤਾ ਵੱਜਦਾ ਸੀ ਉੱਥੇ ਹੁੰਦੇ ਸੀਗੇ ਅਲੀਆ ਸੀ ਇੱਕ ਅੱਛਾ ਤੇ ਇੱਕ ਸ਼ਾਮਦੀਨ ਸੀ ਉਹ ਉਸੇ ਪਿੰਡ ਦੇ ਉਸੇ ਇਹ ਖੂਹ ਵਾਲਾ ਹੱਥ ਆ ਇਹਨੂੰ ਕਹਿੰਦੇ ਇਹ ਖੂਹ ਸੀ ਇੱਥੇ ਖੂਹ ਸੀ ਪੁਰਾਣੀ ਪੁਰਾਣੀ ਖੂਹ ਵੇਦਿਕ ਸੀ ਵਿੱਚੇ ਬੰਦਾ ਇੱਧਰ ਉੱਧਰ ਪੈਰ ਲਾਉਂਦਾ ਰਹਿੰਦਾ ਚੱਲ ਜਾਂਦਾ ਸੀ ਵਿੱਚ ਚਲੇ ਜਾਂਦਾ ਸੀ ਪਾਣੀ ਕਿਵੇਂ ਉੱਥੇ ਪੀਂਦੇ ਸੀ ਜਾਂ ਨਹੀਂ ਪਾਣੀ ਉਦੋਂ ਪੀਂਦੇ ਸੀ ਖੂਹ ਦਾ ਅੱਛਾ ਖੂਹ ਦਾ ਵੀ ਪੀਂਦੇ ਸੀ ਤੇ ਉਦੋਂ ਪੀਂਦੇ ਸਨ ਖਾਲਾਂ ਦਾ ਪਾਣੀ ਖਾਲ ਤੋਂ ਭਰ ਲੈਣਾ ਤੇ ਉਹਨੂੰ ਫਿਰ ਫਟਕੜੀ ਖੋਰ ਦੇਣੀ ਫਿਰ ਉਹਨੂੰ ਉਤਾਰ ਕੇ ਦੂਜੇ ਭਾਂਡੇ 'ਚ ਪਾ ਲੈਣਾ ਖਾਲਾਂ ਨੇ ਬਿਲਕੁਲ ਮੈਂ ਨਿੱਕੇ ਹੁੰਦੇ ਆ ਮੈਂ ਮਤਲਬ ਸਾਡੇ ਲਿਆਂਦੇ ਹੁੰਦੇ ਸੀ ਖਾਲੇ ਤੋਂ ਪਾਣੀ ਤੇ ਉਹ ਕੁੜਵੰਜੀਆਂ ਬਣੀਆਂ ਹੋਣੀਆਂ ਉੱਤੇ ਉਹ ਰੱਖ ਕੇ ਨਾ ਉੱਤੇ ਘੜੇ ਰੱਖੇ ਹੁੰਦੇ ਤੇ ਵਿੱਚ ਉਹ ਜਿਹੜੀ ਗਾਰ ਜੀ ਹੁੰਦੀ ਸੀ ਥੱਲੇ ਆ ਜਾਂਦੀ ਸੀ ਸਾਫ ਪਾਣੀ ਉਤਾਰ ਲੈਣਾ ਸਾਫ ਕਰ ਲੈਣਾ ਬਸ ਚੰਦ ਹੀ ਘਰ ਆਈ ਗਏ ਸਨ ਜਾਂ ਖੋਖਰਾਂ ਨੇ ਸਨ ਅੱਛਾ ਖੋਖਰ ਖਾਨ ਸੀ ਜਿਹੜਾ ਉਹਨਾਂ ਦਾ ਆਤਾ ਸੀ ਹੁਣ ਜਿਹੜਾ ਪੁਰਾਣਾ ਆਤਾ ਉਹਨਾਂ ਦਾ ਉਹ ਹੀ ਆਤਾ ਸੀ ਬਾਬੇ ਸੋਨੀ ਦਾ ਬਾਬੇ ਸੋਨੀ ਵਾਲਾ ਅੱਛਾ ਤੇ ਨਾਲ ਸਿਆਲ ਹੈਗੇ ਸਨ ਅੱਛਾ ਸਿਆਲ ਵੀ ਤਿੰਨ ਭਰਾ ਸਨ ਆ ਜਿਹੜਾ ਬਾਬੇ ਹੱਕ ਕੇ ਆ ਬਾਬੇ ਹੱਕ ਕੇ ਜਿਹੜਾ ਇੱਕ ਆਪਣਾ ਸੁੰਦਰ ਸਿੰਘ ਦਾ ਆਤਾ ਸੀ ਨਾ ਪੱਕਾ ਅੱਛਾ ਇਹਦੇ ਵਿੱਚ ਆ ਕੇ ਬੈਠੇ ਸਨ ਅਜੇ ਜਿਹੜਾ ਸੁੰਦਰ ਸਿੰਘ ਸੀ ਜ਼ੈਲਦਾਰ ਸੀ ਇੱਥੋਂ ਵਿਹਾੜੀ ਦਾ ਹਾਂਜੀ 88 ਚੱਕ ਵਾਲਾ 88 ਚੱਕ ਵਾਲਾ ਉਹਦੇ ਮਤਲਬ ਜਿਹੜਾ ਇਸ ਰਕਬੇ ਦੇ ਵਿੱਚ ਉਹਦਾ ਘਰ ਸੀਗਾ ਉਹ ਹੈ ਸੀ ਬਾਬੇ ਹੱਕ ਹੋਰਾਂ ਵਾਲਾ ਜਿਹੜਾ ਪੁਰਾਣਾ ਘਰ ਅੱਛਾ ਅੱਛਾ ਇਹ ਹੀ ਪੱਕਾ ਹੁੰਦਾ ਸੀ ਬਾਕੀ ਸਾਰੇ ਕੱਚੇ ਸਨ ਕੱਚੇ ਸਨ ਫਿਰ ਜਿਵੇਂ ਅਸੀਂ ਵੀ ਆਏ ਤੇ ਅਸੀਂ ਬਾਹਰਲੇ ਪਾਸੇ ਪੱਕਾ ਹੱਤਾ ਜਿਹੜਾ ਖੂਹ ਵਾਲਾ ਹੱਤਾ ਵੱਜਦਾ ਨਾ ਇਹਨੇ ਪਾਰਲੇ ਪਾਸੇ ਫਿਰ ਅਸੀਂ ਉੱਥੇ ਡੇਰਾ ਬਣਾ ਲਿਆ ਅੱਛਾ ਬਸ ਡੇਰੇ ਹੀ ਸਨ ਉਦੋਂ ਤਾਂ ਮਾਸਟਰ ਬਰਕਤ ਅਲੀ ਸੀ ਗੁਰਗਾਵਾਂ ਦਾ ਸ਼ਾਹ ਸੀ ਸੈਯਦ ਅੱਛਾ ਬੰਦਾ ਸੀ ਬੁੱਢਾ ਬੰਦਾ ਸੀ ਉੱਥੇ ਅਸੀਂ ਪੰਜ ਮਾਤਾ ਕੀਤੀਆਂ ਪੰਜ ਮਾਤਾ ਕਰਨ ਤੋਂ ਬਾਅਦ ਫਿਰ ਅਸੀਂ 88 ਚਲੇ ਗਏ ਉੱਥੇ ਤਿੰਨ ਜਮਾਤਾਂ ਉੱਥੇ ਕੀਤੀਆਂ 6ਵੀਂ 7ਵੀਂ 8ਵੀਂ ਜੀ ਉੱਥੋਂ ਬਾਅਦ ਫਿਰ ਵਿਹਾੜੀ ਗਏ ਚਲੇ ਗਏ ਦੋ ਕਲਾਸਾਂ ਉੱਥੇ ਕੀਤੀਆਂ 9ਵੀਂ 10ਵੀਂ ਅੱਛਾ ਫਿਰ ਮੁਜ਼ੱਫਰਗੜ੍ਹ ਜਾ ਕੇ ਕੋਰਸ ਕੀਤਾ ਮੈਂ ਸਾਨੂੰ ਕੋਰਸ ਕੀਤਾ ਸਨ 60 'ਚ ਨਾ ਅਸੀਂ ਇਮਤਿਹਾਨ ਦਿੱਤਾ ਸਨ 60 ਦੇ ਵਿੱਚ 10ਵੀਂ ਦਾ ਅੱਛਾ ਅਪ੍ਰੈਲ ਸਨ 1960 ਫਿਰ ਇੱਕ ਸਾਲ ਫਿਰਦੇ ਫਿਰਦੇ ਸਨ ਕਾਠ ਦੇ ਵਿੱਚ ਮੇਰੇ ਖਿਆਲ ਜਾ ਕੇ ਕੋਰਸ ਕੀਤਾ ਬਾਹਰ ਦੇ ਵਿੱਚ ਅਪੁਆਇੰਟਮੈਂਟ ਹੋ ਗਈ ਅੱਛਾ ਉਹਨਾਂ ਦੀ ਅਪੁਆਇੰਟਮੈਂਟ ਹੋ ਜਾਂਦੀ ਫਿਰ ਕਿੰਨਾ ਕੁ ਚਿਰ ਨੌਕਰੀ ਕੀਤੀ ਨੌਕਰੀ ਮੈਂ ਕੀਤੀ 6ਵਾਂ ਮਹੀਨਾ ਸੀ ਅਤੇ 77 ਸਾਲ 1977 ਦੇ 6ਵੇਂ ਮਹੀਨੇ ਜੂਨ ਦੇ ਉਹਨਾਂ ਚਿਰ ਨੌਕਰੀ ਕੀਤੀ ਬਸ ਛੱਡ ਦਿੱਤੀ ਫਿਰ ਸਾਊਦੀ ਚਲ ਗਏ ਫਿਰ ਭਾਈ ਫੌਤ ਹੋ ਗਿਆ ਭਾਈ ਫੌਤ ਹੋਣ ਤੋਂ ਬਾਅਦ ਫਿਰ ਸਾਊਦੀਆ ਚਲੇ ਗਿਆ ਬਸ ਸਾਊਦੀਆ ਕਦੇ ਜਾਂਦੇ ਰਹੇ 6 ਮਹੀਨੇ ਉੱਥੇ 6 ਮਹੀਨੇ ਇੱਥੇ 6 ਮਹੀਨੇ ਕਿਉਂ ਵਾਲਦਿਆਂ ਬੁੱਢੇ ਸਨ ਜੀ 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 ਉਹਨਾਂ ਦੀ ਦੇਖਭਾਲ ਵੀ ਕਰਨੀ ਸੀ ਭਾਈ
ਅੱਛਾ ਇਹ ਪਿੰਡ ਜਿਹੜਾ ਤੁਹਾਡੇ ਹੁੰਦੇ ਆ ਇੱਥੇ ਜਦੋਂ ਤੁਸੀਂ ਆਏ ਹੋ ਕੋਈ ਸਿੱਖ ਸੁੱਖ ਹੈ ਸੀ ਇੱਥੇ ਪਹਿਲੇ ਪੁਰਾਣੇ ਸਰਦਾਰ ਉਹ ਰਹਿੰਦੇ ਸੀ ਜਾਂ ਇੱਥੇ ਇੱਕ ਚੌਕੀਦਾਰ ਸੀ ਅੱਛਾ ਚੌਕੀਦਾਰ ਸੀ ਉਹਦਾ ਨਾਂ ਪਤਾ ਨਹੀਂ ਕੀ ਸੀ ਮੁੰਡਿਆਂ ਦੇ ਨਾਂ ਇੱਕ ਦਾ ਨਾਂ ਧਰਮਪਾਲ ਸੀ ਇੱਕ ਦਾ ਨਾਂ ਕਿਛੋ ਸੀ ਦੋ ਪਿੱਛੇ ਦੋ ਮੁੰਡੇ ਸਨ ਉਹ ਫਿਰ ਆਖਣ ਲੱਗੇ ਵੀ ਅਸੀਂ ਆਪਦੇ ਚ ਮੁਲਕ ਨੂੰ ਚੱਲੇ ਹਾਂ ਉਹ ਫਿਰ ਆਪਦੇ ਮੁਲਕ ਨੂੰ ਚਲੇ ਗਏ ਉਦੋਂ ਦੋ ਹੈਗੇ ਧਰਮਪਾਲ ਸੀ ਧਰਮਪਾਲ ਸੀ ਮੁੰਡੇ ਸਨ ਉਹ ਚੌਕੀਦਾਰ ਦਾ ਪਤਾ ਨਹੀਂ ਜੀਵਨ ਜੀਵਨ ਸੀ ਉਹਦਾ ਨਾਂ ਇੱਕ ਤੁਹਾਨੂੰ ਸ਼ਾਇਦ ਯਾਦ ਹੋਵੇ ਇੱਕ ਉਹ ਜਿਹਦੀ ਹੱਟੀ ਹੁੰਦੀ ਸੀ ਪੰਜੂ ਖੱਤਰੀ ਉਹ ਯਾਦ ਹੈ ਨਹੀਂ ਉਹ ਨਹੀਂ ਯਾਦ ਅੱਛਾ ਉਹ ਪਹਿਲੇ ਦਾ ਹੋਣਾ ਫਿਰ ਉਹ ਮੇਰਾ ਖਿਆਲ ਉਧਰ ਟੁਰ ਗਏ ਹੋਣਗੇ ਜਦੋਂ ਹਿੰਦੁਸਤਾਨ ਪਾਕਿਸਤਾਨ ਅੱਛਾ ਇਹ ਉਦੋਂ ਸੀਗੇ ਜਦੋਂ ਤੁਸੀਂ ਇੱਥੇ ਆਏ ਹੋ ਗਏ ਸਨ ਧਰਮਪਾਲ ਚੌਕੀਦਾਰ ਸੀ ਇਹ ਚੌਕੀਦਾਰ ਪਿੰਡ ਦੇ ਚੌਕੀਦਾਰ ਸੀ ਉਸ ਚੌਕੀਦਾਰ ਨੂੰ ਸੱਦਦੇ ਸਨ ਕੋਟਵਾਲ ਕੋਤਵਾਲ ਕੋਤਵਾਲ ਠੀਕ ਠੀਕ ਕੋਤਵਾਲ ਲਓ ਜੀ ਪਿੰਡ ਦੀਆਂ ਯਾਦਾਂ ਨੇ ਬਜ਼ੁਰਗਾਂ ਨੇ ਜਿਹੜਾ ਵਕਤ ਦੇਖਿਆ ਇਸ ਪਿੰਡ ਦੇ ਵਿੱਚ ਹੁਣ ਤਾਂ ਕਾਫੀ ਰੁੱਤ ਚੇਂਜ ਹੋ ਗਈ ਹੈ ਜਿਵੇਂ ਮੌਸਮ ਬਦਲਦੇ ਨੇ ਬੰਦੇ ਦੀਆਂ ਰੁੱਤਾਂ ਵੀ ਚੇਂਜ ਹੁੰਦੀਆਂ ਨੇ ਮਿਜ਼ਾਜ ਚੇਂਜ ਹੋ ਜਾਂਦੇ ਨੇ ਇਸੇ ਤਰ੍ਹਾਂ ਥਾਵਾਂ ਵੀ ਜਿਹੜੀਆਂ ਉਹ ਵੀ ਆਪਣੀਆਂ ਜਗ੍ਹਾ ਬਦਲ ਲੈਂਦੀਆਂ ਆਪਣਾ ਰੂਪ ਬਦਲ ਲੈਂਦੀਆਂ ਨੇ ਅਤੇ ਬਹੁਤ ਵਧੀਆ ਗੱਪਸ਼ਪ ਹੋਈ ਬਾਬਾ ਜੀ ਨਾਲ ਉਮੀਦ ਕਰਦੇ ਹਾਂ ਤੁਹਾਨੂੰ ਚੰਗੀ ਲੱਗੀ ਹੋਏਗੀ ਅਤੇ ਕਮੈਂਟ 'ਚ ਤੁਸੀਂ ਜ਼ਰੂਰ ਦੱਸਣਾ ਕਿੱਥੋਂ ਵੀਡੀਓ ਦੇਖ ਰਹੇ ਹੋ ਅਤੇ ਕਿੱਦਾਂ ਦੀ ਲੱਗੀ ਗੱਲਬਾਤ ਰੱਬ ਰਾਖਾ